ਐਸੀਆਂ ਕਿਹੜੀਆਂ ਸੱਚੀਆਂ ਗੱਲਾਂ ਨੇ ਜਿਹਦੀ ਚੀਜ਼ ਤੇ ਦਬਾਇਆ ਜਾਂਦਾ ਉਹ ਤੁਸੀਂ ਵੀ ਕਰਕੇ ਦੇਖ ਲਓ ਜੀ ਚਾਰ ਦਿਨ ਤੁਹਾਨੂੰ ਹੀ ਦਬਾਇਆ ਜਾਏਗਾ ਸਮਾਜ 'ਚ ਕੋਈ ਵੀ ਬੰਦਾ ਜਦੋਂ ਵੀ ਸੱਚਾਈ ਦਾ ਝੰਡਾ ਚੱਕਦਾ ਤਾਂ ਉਹਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਇਹ ਅੱਜ ਦਾ ਨਹੀਂ ਇਹ ਜਦੋਂ ਤੋਂ ਅਸੀਂ ਹੋਸ਼ ਸੰਭਾਲੇ ਨੇ ਜਾਂ ਜਦੋਂ ਤੋਂ ਇਹ ਦੁਨੀਆ ਸ਼ੁਰੂ ਹੋਈ ਹੈ ਜਿੰਨਾ ਕਸੀ ਇਤਿਹਾਸ ਪੜ੍ਹਿਆ ਹੈ ਜਾਂ ਜਿੰਨਾ ਕਸੀ ਰੋਲ ਮਾਡਲ ਜਿਨ੍ਹਾਂ ਨੂੰ ਮੰਨਦੇ ਆ ਉਹਨਾਂ ਸਾਰਿਆਂ ਨੂੰ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਿੱਧੂ ਦੇ ਜੋ ਜ਼ਿੰਦਗੀ ਚ ਉਹਦਾ ਮਕਸਦ ਸੀਗਾ ਇਨਸਾਨੀਅਤ ਦੀ ਸੇਵਾ ਮੈਂ ਉਹਦਾ ਗਾਣਿਆਂ ਕਰਕੇ ਫੈਨ ਨਹੀਂ ਸੀਗਾ ਮੈਂ ਪਹਿਲਾਂ ਵੀ ਵੀਡੀਓ ਚ ਬੜੀ ਵਾਰੀ ਦੱਸਿਆ ਕਿ ਗਾਣੇ ਸਾਰੇ ਦੁਨੀਆ ਗਾਉਂਦੀ ਆ ਸਿੰਗਰ ਬਹੁਤ ਨੇ ਐਕਟਰ ਬਹੁਤ ਨੇ ਪਰ ਰੀਲ ਹੀਰੋ ਤੇ ਰੀਲ ਰੀਅਲ ਹੀਰੋ ਦੇ ਵਿੱਚ ਫਰਕ ਪਛਾਣਨਾ ਚਾਹੀਦਾ ਸਾਨੂੰ ਜਿਹੜੇ ਮੂਸੇ ਵਾਲੇ ਦੇ ਗਾਣੇ ਤੋਂ ਬਾਅਦ ਕੰਮ ਸੀਗੇ ਨਾ ਉਹਦਾ ਬਾਹਰਲੇ ਮੁਲਕ ਚੋਂ ਆਪਣੇ ਪੰਜਾਬੀਆਂ ਬੱਚਿਆਂ ਦਾ ਬਾਹਰੋਂ ਮੋੜਨਾ ਇੰਡੀਆ ਚ ਉਸ ਤੋਂ ਬਾਅਦ ਆਪਣੇ ਪਿੰਡ ਹਰ ਸਾਲ ਕੈਂਸਰ ਦਾ ਕੈਂਪ ਲਾਣਾ ਜਾਂ ਉਹਦੇ ਪਿੰਡ ਚ ਕੋਈ ਦੁਖੀ ਮਰੀਜ਼ ਹੋਵੇ ਜਾਂ ਕੋਈ ਪੜ੍ਹਾਈ ਪਿੱਛੋਂ ਹੋਵੇ ਉਹਦਾ ਸਾਰਿਆਂ ਦੀ ਹੈਲਪ ਕਰਦਾ ਸੀ ਇਹ ਜਿਹੜੀ ਚੀਜ਼ ਮੈਨੂੰ ਸਭ ਤੋਂ ਵਧੀਆ ਸਿੱਧੂ ਦੀ ਵਧੀਆ ਲੱਗਦੀ ਸਿੱਧੂ ਨੂੰ ਆਪਣੇ ਦਿਲ ਚ ਰੱਖੋ ਉਹਨੂੰ ਦੁਨੀਆਂ ਚ ਕੋਈ ਨਹੀਂ ਮਿਟਾ ਸਕਦਾ ਪਰ ਹੁਣ ਤਾਂ ਜਿੰਨੀ ਦੇਰ ਮਾਨਸ ਵਾਲੇ ਲੋਕ ਜ਼ਿੰਦਾ ਰਹਿਣਗੇ ਰਿਗਰਟ ਚ ਮਰਨਗੇ ਕਿ ਸਿੱਧੂ ਨੂੰ ਜਿਤਾ ਨਹੀਂ ਸਕੇ ਪਰ ਜਿਤਾ ਦਿੰਦੇ ਤਾਂ ਸ਼ਾਇਦ ਇੰਨੀ ਵੱਡੀ ਸ਼ਖਸੀਅਤ ਜਿਹਦਾ ਇੱਕ ਸਟੇਟਸ ਪਾਇਆ ਵੀ ਪੂਰੀ ਦੁਨੀਆ ਦੇ ਵਿੱਚ ਜਾਂਦਾ ਸੀ ਨਾ ਕਹਿੰਦੇ ਨਾ ਕਿ ਦੁਨੀਆ ਬੋਲਦੀ ਹੈ ਪਰ ਇੱਕ ਬੰਦਾ ਜਦੋਂ ਇਸ ਸਟੇਜ ਤੇ ਬਹਿ ਕੇ ਬੋਲਦਾ ਨਾ ਤਾਂ ਦੁਨੀਆ ਸੁਣਦੀ ਹੈ ਹੈ ਨਾ ਇੱਕ ਸਟੇਟਮੈਂਟ ਕਿਸੇ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਜਾਣੀ ਤੇ ਸਿੱਧੂ ਵੱਲੋਂ ਦਿੱਤੀ ਜਾਣੀ ਉਹ ਇੱਕ ਮਾਰ ਕਰਦੀ ਸੀ ਜਾ ਅੱਛਾ ਇੰਡੀਆ ਦੇ ਵਿੱਚ ਇੰਸਟਾਗ੍ਰਾਮ ਚਲਾਣੇ ਆ ਰੀਲਸ ਉੱਪਰ ਉੱਪਰ ਕਰਦੇ ਆ ਅਸੀਂ ਜਿੱਦਾਂ ਦਾ ਕੰਟੈਂਟ ਦੇਖਣਾ ਚਾਹੁੰਦੇ ਆ ਜਾਂ ਲਾਈਕ ਕਰਦੇ ਆ ਉਦੋਂ ਉਦੋਂ ਤਾਂ ਸਾਡੇ ਮੋਰੇ ਆਣਾ ਸ਼ੁਰੂ ਹੋ ਜਾਂਦਾ ਤੁਸੀਂ ਗਾਲਾਂ ਵਾਲੀ ਵੀਡੀਓ ਪਸੰਦ ਕਰਦੇ ਹੋ ਤੁਹਾਡੀ ਰੀਲਸ ਗਾਲਾਂ ਵਾਲੀਆਂ ਸ਼ੁਰੂ ਹੋ ਜਣਗੀਆਂ ਤੁਸੀਂ ਗੰਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਉਹ ਲਾਈਕ ਕਰ ਦਿਓ ਤੁਹਾਡੇ ਉਹੀ ਕੰਟੈਂਟ ਆ ਜਾਏਗਾ ਪਰ ਚਾਈਨਾ ਤੇ ਅਮਰੀਕਾ ਦੇ ਵਿੱਚ ਐਦਾਂ ਨਹੀਂ ਹੁੰਦਾ ਉੱਥੇ ਯੂਥ ਨੂੰ ਉਹ ਕੰਟੈਂਟ ਅੱਗੇ ਦਿਖਾਇਆ ਜਾਂਦਾ ਜਿਹੜਾ ਉਹਨਾਂ ਨੂੰ ਇਨਸਪਾਇਰ ਕਰਦਾ ਜਿਹੜਾ ਉਹਨਾਂ ਨੂੰ ਮੋਟੀਵੇਟ ਕਰਦਾ ਆਪਣੀ ਆਰਮੀ ਦਾ ਕੰਟੈਂਟ ਆਪਣੇ ਦੇਸ਼ ਦਾ ਕੰਟੈਂਟ ਆਪਣੇ ਦਿਹੜੀ ਦੇ ਵਿੱਚ ਲੋਕ ਰੀਲਾਂ ਤੇ 2-2 ਘੰਟੇ 3-3 ਘੰਟੇ ਖਰਾਬ ਕਰ ਦਣਗੇ ਪਰ 15 ਮਿੰਟ ਆਪਣੇ ਹੱਥੀ ਜਾ ਕੇ ਕਿਸੇ ਲੋੜਵੰਦ ਜਾਂ ਗਰੀਬ ਦੀ ਮਦਦ ਨਹੀਂ ਕਰਨਗੇ। ਸੋਸ਼ਲ ਮੀਡੀਆ ਤੇ ਸਾਰੀ ਦਿਹਾੜੀ ਖਰਾਬ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਇੰਡੀਆ ਜੀ ਬਰਬਾਦ ਹੋ ਗਿਆ ਪੰਜਾਬ ਵਿੱਚ ਤਾਂ ਕੰਮ ਹੈ ਨਹੀਂ ਯਾਰ ਯੂਪੀ ਤੋਂ ਬਿਹਾਰ ਤੋਂ ਲੋਕ ਆ ਕੇ ਪੰਜਾਬ ਚ ਕੰਮ ਕਰ ਰਹੇ ਨੇ ਸਾਡੇ ਪੰਜਾਬ ਚ ਇਹੀ ਕਹੀ ਜਾਂਦੇ ਨੇ ਜੀ ਅਸੀਂ ਤਾਂ ਬੇਲੇ ਹਾਂ ਅਸੀਂ ਤਾਂ ਕੈਨੇਡਾ ਚੱਲੇ ਹਾਂ ਅਸੀਂ ਤਾਂ ਅਮਰੀਕਾ ਚੱਲੇ ਸਾਡੀ ਤਮਾਵੇਂਆਂ ਨਹੀਂ ਪੂਰੀਆਂ ਹੋ ਰਹੀ ਮਿਹਨਤ ਕਰਨ ਤੋਂ ਅਸੀਂ ਡਰਦੇ ਹਾਂ ਇਹ ਸੱਦੂ ਬੋਲਦਾ ਉਹਨਾਂ ਨਾਲ ਤਾਂ ਉੱਪਰੋਂ ਆਵਾਜ਼ ਮਾਰ ਕੇ ਇੱਕ ਜ਼ਰੂਰ ਗੱਲ ਕਹਿੰਦਾ ਕਿ ਮੇਰੇ ਟੈਟੂ ਨਾ ਬਣਵਾਓ ਮੇਰੇ ਸਟੈਚੂ ਨਾ ਬਣਾਓ ਮੈਨੂੰ ਮਿਲਣ ਮੇਰੀ ਕੋਠੀ ਨਾ ਜਾਓ ਠੀਕ ਹੈ ਉਹਦੇ ਪਰਿਵਾਰ ਨਾਲ ਦੁੱਖ ਵੰਡਣ ਜਾਓ ਪਰ ਉਹ ਹੁਣ ਸਟੈਚੂ ਨੂੰ ਜਾ ਕੇ ਮੱਥਾ ਟੇਕਣ ਚ ਕੀ ਬਿਲੀਵ ਕਰ ਰਿਹਾ ਉਹਦੀ ਸੋਚ ਨੂੰ ਤਾਂ ਫੋਲੋ ਕਰੋ ਉਹਦੀ ਸੋਚ ਕੀ ਸੀ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਉਹ ਲੋਕਾਂ ਦਾ ਭੱਲਾ ਕਰਨਾ ਚਾਹੁੰਦਾ ਸੀ ਜੇ ਮਾਂ ਨਾ ਹੁੰਦੀ ਤੇ ਜਹਾਨ ਨਾ ਹੁੰਦਾ ਸ਼ਾਇਦ ਗੀਤਾ ਨਾ ਹੁੰਦੀ ਤੇ ਕੁਰਾਨ ਵੀ ਨਾ ਹੁੰਦਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮ ਤੇ ਮੈਂ ਹਾਂ ਸੂਜਲ ਤਵੰਦ ਨੌ ਮਹੀਨੇ ماں ਆਪਣੇ ਕੋਖ ਦੇ ਵਿੱਚ ਬੱਚੇ ਨੂੰ ਰੱਖਦੀ ਹੈ ਤੇ ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਹਦੇ ਤੇ ਮਾਣ ਮਹਿਸੂਸ ਕਰਦੀ ਹੈ ਕਿ ਇਹ ਵੱਡਾ ਹੋ ਕੇ ਮੇਰਾ ਨਾਮ ਸਾਡੇ ਪਰਿਵਾਰ ਦਾ ਅੱਗੇ ਲੈ ਕੇ ਜਾਏਗਾ ਤੇ ਉਸੇ ਤਰੀਕੇ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਜੀ ਨੇ ਆਪਣਾ ਨਾਮ ਰੋਸ਼ਨ ਕੀਤਾ ਹੀ ਕੀਤਾ ਪਰ ਕੀ ਪਰਿਵਾਰ ਨੂੰ ਫਕਰ ਮਹਿਸੂਸ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਿੱਦਾਂ ਕੀਤਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਦੇ ਬਿਆਨ ਆਂਦੇ ਆ ਕਿ ਅਨਮੋਲ ਕਵਤਰਾ ਨੇ ਜੋ ਸੱਚੀਆਂ ਗੱਲਾਂ ਬੋਲਦੇ ਨੇ ਤੇ ਉਹਨਾਂ ਨੂੰ ਦਬਾਇਆ ਜਾਂਦਾ ਹੈ ਜਿੱਥੇ ਦੁਆ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰਦੀ ਹੈ ਜਿੰਨਾ ਵਧੀਆ ਇਹ ਕੰਮ ਕਰ ਰਹੇ ਨੇ ਤੇ ਇਹਨਾਂ ਨੂੰ ਦਬਾਇਆ ਜਾਂਦਾ ਹੈ ਸੱਚੀਆਂ ਗੱਲਾਂ ਕਰਦੇ ਨੇ ਕਿਉਂਕਿ ਆਓ ਆਪਾਂ ਗੱਲਬਾਤ ਕਰਦੇ ਹਾਂ ਥੈਂਕ ਯੂ ਬ੍ਰਦਰ ਤੁਸੀਂ ਪਹਿਲਾਂ ਆਏ ਹੋ ਇੱਥੇ ਬਹੁਤ ਧੰਨਵਾਦੀਆਂ ਤੁਹਾਡੇ ਐਸੀਆਂ ਕਿਹੜੀਆਂ ਸੱਚੀਆਂ ਗੱਲਾਂ ਨੇ ਜਿਹਦੀ ਚੀਜ਼ ਤੇ ਦਬਾਇਆ ਜਾਂਦਾ ਹੈ ਉਹ ਤੁਸੀਂ ਵੀ ਕਰਕੇ ਦੇਖ ਲਓ ਜੀ ਚਾਰ ਦਿਨ ਤੁਹਾਨੂੰ ਵੀ ਦੁਬਹੇ ਜਾਏਗਾ ਸਮਾਜ ਚ ਕੋਈ ਵੀ ਬੰਦਾ ਜਦੋਂ ਵੀ ਸੱਚਾਈ ਦਾ ਝੰਡਾ ਚੱਕਦਾ ਤਾਂ ਉਹਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਇਹ ਅੱਜ ਦਾ ਨਹੀਂ ਇਹ ਜਦੋਂ ਤੋਂ ਅਸੀਂ ਹੋਸ਼ ਸੰਭਾਲੇ ਨੇ ਜਾਂ ਜਦੋਂ ਤੋਂ ਇਹ ਦੁਨੀਆ ਸ਼ੁਰੂ ਹੋਈ ਹੈ ਜਿੰਨਾ ਕਸੀ ਇਤਿਹਾਸ ਪੜ੍ਹਿਆ ਜਾਂ ਜਿੰਨਾ ਕਸੀ ਰੋਲ ਮਾਡਲ ਜਿਨ੍ਹਾਂ ਨੂੰ ਮੰਨਦੇ ਆ ਉਹਨਾਂ ਸਾਰਿਆਂ ਨੂੰ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਠੀਕ ਹੈ ਜੇ ਪ੍ਰਮਾਤਮਾ ਨੇ ਇਹੀ ਲਿਖਿਆ ਜਿੰਨਾ ਕਸੀ ਸਿੱਖਿਆ ਤਾਂ ਜ਼ਰੂਰ ਕਰਾਂਗੇ ਜਿੱਦਾਂ ਉਹਨਾਂ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਕੋਈ ਇਨਸਾਫ ਦੀ ਮੰਗ ਹਜੇ ਕਿਸੇ ਵੱਲੋਂ ਵੀ ਆਵਾਜ਼ ਚੱਕੀ ਨਹੀਂ ਜਾ ਰਹੀ ਤੇ ਇਸ ਚੀਜ਼ ਨੂੰ ਆਪਾਂ ਕਿਦਾਂ ਦੇਖਦੇ ਆਂ ਦੇਖੋ ਜੀ ਜਿਹਦਾ ਘਰ ਦਾ ਜੀ ਜਾਂਦਾ ਨਾ ਦੁੱਖ ਉਹਨੂੰ ਹੀ ਹੁੰਦਾ ਤਾਂ ਸਭ ਤੋਂ ਤੁਸੀਂ ਗੱਲ ਕਰ ਰਹੇ ਸੀ ਕਿ 9 ਮਹੀਨੇ ਬੱਚਾ ਪੇਟ 'ਚ ਮਾਂ ਰੱਖਦੀ ਆ ਮਾਂ ਦਾ ਬਸ ਚੱਲੇ ਉਹ ਤਾਂ ਸਾਰੀ ਜ਼ਿੰਦਗੀ ਆਪਣੇ ਪੁੱਤ ਨੂੰ ਗੜਨਾ ਲਾਈ ਰੱਖੇ ਪਰ ਇਹ ਕਹਿ ਲਓ ਕਿ ਚਲੋ ਦੁਨੀਆਦਾਰੀ ਹੈ ਕਿ ਪੁੱਤ ਨੂੰ ਕਮਾਣ ਲਈ ਬਾਹਰਲੇ ਦੇਸ਼ਾਂ ਵੀ ਮਾਵਾਂ ਤੋਰਦੀਆਂ ਨੇ ਹਨਾ ਤੇ ਉਹ ਮਾਂ ਦਾ ਦਰਦ ਇਸਟਮੂ ਮਾਈ ਜਾਣਦੀ ਹੈ ਜਿੰਨੇ ਆਪਣਾ ਜਵਾਨ ਮੁੰਡਾ ਖੋਇਆ ਜਾਂ ਜਿਹੜੀਆਂ ਵੀ ਦੁਨੀਆ ਚ ਮਾਵਾਂ ਨੇ ਆਪਣੇ ਜਵਾਨ ਪੁੱਤ ਜਾਂ ਧੀ ਖੋਏ ਨੇ ਉਹਨਾਂ ਨੂੰ ਵੀ ਪੁੱਛੋ ਜਾ ਕੇ ਕਿ ਦਰਦ ਕੀ ਹੁੰਦਾ ਔਰ ਬਹੁਤ ਹੋਇਆ ਜੋ ਮਾੜਾ ਹੋਇਆ ਤੇ ਮੈਂ ਉਹਨਾਂ ਦੇ ਫੈਨਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਸਿੱਧੂ ਦਾ ਕੋਈ ਬਣ ਨਹੀਂ ਸਕਦਾ ਸਿੱਧੂ ਨਾਲ ਮੁੜਨਾ ਪਰ ਸਿੱਧੂ ਦੇ ਜੋ ਜ਼ਿੰਦਗੀ ਚ ਉਹਦਾ ਮਕਸਦ ਸੀਗਾ ਇਨਸਾਨੀਅਤ ਦੀ ਸੇਵਾ ਮੈਂ ਉਹਦਾ ਗਾਣਿਆ ਕਰਕੇ ਫੈਨ ਨਹੀਂ ਸੀਗਾ ਮੈਂ ਪਹਿਲਾਂ ਵੀ ਵੀਡੀਓ ਚ ਬੜੀ ਵਾਰੀ ਦੱਸਿਆ ਕਿ ਗਾਣੇ ਸਾਰੇ ਦੁਨੀਆ ਗਾਉਂਦੀ ਆ ਸਿੰਗਰ ਬਹੁਤ ਨੇ ਐਕਟਰ ਬਹੁਤ ਨੇ ਪਰ ਰੀਲ ਹੀਰੋ ਤੇ ਰੀਲ ਰੀਅਲ ਹੀਰੋ ਦੇ ਵਿੱਚ ਫਰਕ ਪਛਾਣਨਾ ਚਾਹੀਦਾ ਸਾਨੂੰ ਜਿਹੜੇ ਮੂਸੇ ਵਾਲੇ ਦੇ ਗਾਣੇ ਤੋਂ ਬਾਅਦ ਕੰਮ ਸੀਗੇ ਨਾ ਉਹਦਾ ਬਾਹਰਲੇ ਮੁਲਕ ਚੋਂ ਆਪਣੇ ਪੰਜਾਬੀਆਂ ਬੱਚਿਆਂ ਦਾ ਬਾਹਰੋਂ ਮੋੜਨਾ ਇੰਡੀਆ ਚ ਉਸ ਤੋਂ ਬਾਅਦ ਆਪਣੇ ਪਿੰਡ ਹਰ ਸਾਲ ਕੈਂਸਰ ਦਾ ਕੈਂਪ ਲਾਣਾ ਜਾਂ ਉਹਦੇ ਪਿੰਡ ਚ ਕੋਈ ਦੁਖੀ ਮਰੀਜ਼ ਹੋਵੇ ਜਾਂ ਕੋਈ ਪੜ੍ਹਾਈ ਪਿੱਛੋਂ ਹੋਵੇ ਉਹਦਾ ਸਾਰਿਆਂ ਦੀ ਹੈਲਪ ਕਰਦਾ ਸੀ ਇਹ ਜਿਹੜੀ ਚੀਜ਼ ਮੈਨੂੰ ਸਭ ਤੋਂ ਵਧੀਆ ਸਿੱਧੂ ਦੀ ਵਧੀਆ ਲੱਗਦੀ ਸੀ ਤੇ ਉਹ ਚੀਜ਼ਾਂ ਉਹਦੇ ਫੈਨਸ ਨੂੰ ਫੋਲੋ ਕਰਨੀਆਂ ਚਾਹੀਦੀਆਂ ਕਿਉਂਕਿ ਮੈਨੂੰ ਲੱਗਦਾ ਕਿ ਸਿੱਧੂ ਅੱਜ ਖੁਸ਼ ਹੋ ਰਿਹਾ ਆਊਗਾ ਕਿ ਮੇਰੇ ਸਟੈਚੂ ਲੱਗੇ ਨੇ ਲੋਕ ਮੈਨੂੰ ਮੱਥਾ ਟੇਕ ਰਹੇ ਨੇ ਲੋਕ ਮੈਨੂੰ ਮਿਲਣ ਇੰਨੀ ਦੂਰੋਂ ਦੂਰੋਂ ਆ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼ ਸਿੱਧੂ ਨੂੰ ਚੰਗੀ ਲੱਗਦੀ ਹੋएगी ਠੀਕ ਹੈ ਸਿੱਧੂ ਨੂੰ ਆਪਣੇ ਦਿਲ 'ਚ ਰੱਖੋ ਉਹਨੂੰ ਦੁਨੀਆਂ 'ਚ ਕੋਈ ਨਹੀਂ ਮਿਟਾ ਸਕਦਾ ਪਰ ਆਪਣੇ ਆਲੇ ਦੁਆਲੇ ਸਿੱਧੂ ਦੀ ਸੋਚ ਨੂੰ ਜ਼ਿੰਦਾ ਰੱਖੋ ਸਿੱਧੂ ਦੇ ਨਾਮ ਤੇ ਐਨ ਜੀਓ ਖੋਲੋ ਸਿੱਧੂ ਦੇ ਨਾਮ ਤੇ ਚੰਗੇ ਕੰਮ ਕਰੋ ਸਿੱਧੂ ਦੇ ਨਾਮ ਤੇ ਕਿਸੇ ਮਰੀਜ਼ ਦੀ ਮਦਦ ਕਰੋ ਇਹ ਚੀਜ਼ਾਂ ਜਿਹੜੀਆਂ ਹੁਣ ਕਰਨ ਦੀ ਲੋੜ ਹੈ ਤੇ ਬਾਕੀ ਜਿਹੜੇ ਇਨਸਾਫ ਦੀ ਮੰਗ ਨਾਲ-ਨਾਲ ਪਰਿਵਾਰ ਪਰਿਵਾਰ ਕਰ ਰਿਹਾ ਉਹਨਾਂ ਦਾ ਸਾਥ ਵੀ ਦਿਓ ਜਿੱਥੇ-ਜਿੱਥੇ ਉਹਨਾਂ ਦੇ ਫਾਦਰ ਸਾਹਿਬ ਜਾਂ ਮਦਰ ਤੁਹਾਨੂੰ ਇਕੱਠਾ ਹੋਣ ਲਈ ਜਾਂ ਆਪਣੀ ਇਨਸਾਫ ਦੀ ਮੰਗ ਲਈ ਕੁਝ ਕਹਿੰਦੇ ਨੇ ਉਹ ਜ਼ਰੂਰ ਫਾਲੋ ਕਰੋ ਜਿਹੜਾ ਅਸੀਂ ਉਹਨਾਂ ਦੇ ਬਿਲਕੁਲ ਪਿੱਛੇ-ਪਿੱਛੇ ਚੱਲ ਰਹੇ ਹਾਂ ਜਿੱਥੇ-ਜਿੱਥੇ ਉਹਨਾਂ 'ਤੇ ਲੋੜ ਪੈਗੀ ਮੈਂ ਪੂਰਾ ਸਮਰਪਿਤ ਹਾਂ ਉਹਨਾਂ ਨੂੰ ਤੁਹਾਡੇ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਜਿੱਦਾਂ ਗਾਣੇ ਕੱਢਦੇ ਨੇ ਕਿ ਮੈਨੂੰ ਗਾਣਿਆਂ ਦੇ ਵਿੱਚ ਤੁਸੀਂ ਮਾਰੀ ਕੰਟਰੋਵਰਸੀ ਕੀਤੀ ਸੀ ਤੇ ਉਸ ਤੋਂ ਬਾਅਦ ਤੁਸੀਂ ਕਹਾ ਮੈਨੂੰ ਪੋਲਿਟਿਕਸ ਤੇ ਜਦੋਂ ਆਏ ਮੈਂ ਉਹਨਾਂ ਦਾ ਫੈਨ ਹੋ ਗਿਆ ਤੇ ਐਦਾਂ ਕਿਉਂ ਦੇਖੋ ਜੀ ਜਦੋਂ ਇੱਕ ਬੰਦਾ ਗਾਇਕ ਹੈ ਨਾ ਗਾਇਕ ਦੁਨੀਆ 'ਚ ਬਹੁਤ ਨੇ ਜਿਹੜਾ ਗਾਣਾ ਹੈ ਕੋਈ ਵੀ ਬੰਦਾ ਉਹ ਨਾ ਕੋਈ ਵੀ ਬੰਦਾ ਜਦੋਂ ਗਰੀਬੀ 'ਚ ਉੱਠਦਾ ਕਾਮਯਾਬ ਹੁੰਦਾ ਉਹ ਆਪਣੇ ਲਈ ਹੁੰਦਾ ਤੁਹਾਡੀ ਅਮੀਰੀ ਦਾ ਮੈਨੂੰ ਕੋਈ ਪਾ ਨਹੀਂ ਅੱਜ ਜੇ ਤੁਸੀਂ ਸਾਈਕਲ ਤੋਂ ਰੇਂਜ ਰੋਵਰ ਤੇ ਆ ਗਏ ਹੋ ਮੈਨੂੰ ਉਹਦਾ ਕੋਈ ਪਾ ਨਹੀਂ ਠੀਕ ਹੈ ਤੁਸੀਂ ਜ਼ਿੰਦਗੀ 'ਚ ਮਿਹਨਤ ਕੀਤੀ ਤੁਹਾਨੂੰ ਫਲ ਮਿਲਿਆ ਸੋਸਾਇਟੀ ਨੂੰ ਸੋਸਾਇਟੀ ਨੂੰ ਕੋਈ ਪਾਣੀ ਤਾਂ ਸਿੱਧੂ ਜਦੋਂ ਇੰਨਾ ਕੁਝ ਹੋਣ ਦੇ ਬਾਵਜੂਦ ਪੈਸਾ ਫੇਮ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਰਾਜਨੀਤੀ ਦੇ ਵਿੱਚ ਆਇਆ ਅਸਲ ਉਹ ਲੋਕਾਂ ਦੀ ਸੇਵਾ ਲਈ ਆਇਆ ਸੀ ਉਹ ਮੈਨੂੰ ਜਿਹੜੀ ਉਹਦੀ ਗੱਲ ਸਭ ਤੋਂ ਵਧੀਆ ਲੱਗੀ ਸੀ ਜਦੋਂ ਮੈਂ ਉਹਦਾ ਡਾਇ ਹਾਰਡ ਕਹਿ ਲਓ ਕਿ ਉਸ ਵੇਲੇ ਬੰਦੇ ਨੂੰ ਫੈਨ ਬਣਿਆ ਸੀ ਉਹਦਾ ਸਪੋਰਟਰ ਬਣਿਆ ਸੀ ਜਦੋਂ ਉਹ ਰਾਜਨੀਤੀ 'ਚ ਆਇਆ ਤੇ ਜਿੱਦਾਂ ਉਹਨਾਂ ਦੇ ਸਪੋਰਟਰ ਨੇ ਤੇ ਉਹਨਾਂ ਦੀ ਦੁਨੀਆ ਪੂਰੀ ਫੈਨ ਹੈ ਤੇ ਉਸ ਤੋਂ ਬਾਅਦ ਮਾਨਸਾ ਵਾਲਿਆਂ ਨੂੰ ਜਿਹੜਾ ਘਾਟਾ ਪਿਆ ਤੇ ਉਹ ਘਾਟਾ ਕਿਦਾਂ ਪੂਰਾ ਕਰ ਸਕਣਗੇ ਫਿਰ ਇਹ ਤਾਂ ਜੀ ਰਿਗਰਟ ਹੈ ਹੁਣ ਤਾਂ ਜਿੰਨੀ ਦੇਰ ਮਾਨਸ ਵਾਲੇ ਲੋਕ ਜ਼ਿੰਦਾ ਰਹਿਣਗੇ ਰਿਗਰਟ ਚ ਮਰਨਗੇ ਕਿ ਸਿੱਧੂ ਨੂੰ ਜਿਤਾ ਨਹੀਂ ਸਕੇ। ਔਰ ਜਿਤਾ ਦਿੰਦੇ ਤਾਂ ਸ਼ਾਇਦ ਇੰਨੀ ਵੱਡੀ ਸ਼ਖਸੀਅਤ ਜਿਹਦਾ ਇੱਕ ਸਟੇਟਸ ਪਾਇਆ ਵੀ ਪੂਰੀ ਦੁਨੀਆ ਦੇ ਵਿੱਚ ਜਾਂਦਾ ਸੀ ਨਾ। ਕਹਿੰਦੇ ਨਾ ਕਿ ਦੁਨੀਆ ਬੋਲਦੀ ਐ। ਬਿਲਕੁਲ। ਪਰ ਇੱਕ ਬੰਦਾ ਜਦੋਂ ਇਸ ਸਟੇਜ ਤੇ ਬਹਿ ਕੇ ਬੋਲਦਾ ਨਾ ਤਾਂ ਦੁਨੀਆ ਸੁਣਦੀ ਐ। ਹਾਂ ਨਾ ਇੱਕ ਸਟੇਟਮੈਂਟ ਕਿਸੇ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਜਾਣੀ ਤੇ ਸਿੱਧੂ ਵੱਲੋਂ ਦਿੱਤੀ ਜਾਣੀ ਉਹ ਇੱਕ ਮਾਰ ਕਰਦੀ ਸੀ। ਸਿੱਧੂ ਦੇ ਤੁਸੀਂ ਫੋਟੋਆਂ ਤੇ ਲਾਈਕਸ ਦੇਖੋ। ਉਦੇ ਗਾਣਿਆਂ ਦੇ ਵਿਊਜ਼ ਦੇਖੋ ਉਹ ਗਾਣਿਆਂ ਰਾਹੀਂ ਬੜਾ ਕੁਝ ਬਿਆਨ ਕਰ ਜਾਂਦਾ ਸੀ ਬੜੇ ਵੱਡੇ ਵੱਡੇ ਮੁੱਦੇ ਐਸਵਾਈਐਲ ਦਾ ਮੁੱਦਾ ਤਾਂ ਲੱਗਦਾ ਹੈ ਕਿ ਦੁਨੀਆ ਦੀ ਕੋਈ ਐਸੀ ਸਪੀਚ ਬਣੇਗੀ ਬੋਲ ਕੇ ਜਿਹੜਾ ਉਹ ਐਸਵਾਈਐਲ ਦਾ ਮੁੱਦਾ ਉੱਥੇ ਤੱਕ ਪਹੁੰਚਾ ਦੇਗੀ ਜਿੱਥੇ ਸਿੱਧੂ ਦੇ ਗਾਣੇ ਨੇ ਪਹੁੰਚਾਈ ਸਮਝੋ ਗੱਲਾਂ ਨੂੰ ਨਾ ਅੱਜ ਮੇਰੇ ਪੇਸ਼ੈਂਟਾਂ ਦਾ ਜਿਹੜਾ ਦਰਦ ਹੈ ਉਹ ਮੈਂ 15 ਮਿੰਟ ਦੀ ਸਪੀਚ ਦਊਂਗਾ ਕਿੰਨੇ ਵਿਊ ਹੋ ਜਾਣਗੇ ਉਹਦੇ ਲੱਖ 2 ਲੱਖ 10 ਲੱਖ 20 ਲੱਖ ਉਹਦੇ 100 ਕਰੋੜ 200 ਕਰੋੜ ਤਾਂ ਉਹ ਬਹੁਤ ਵੱਡਾ ਘਟ ਹੈ ਇਹ ਸਮਝ ਵੀ ਉਹਨਾਂ ਨੂੰ ਆਣੀ ਹੈ ਜਿਹੜੇ ਸਮਾਜ ਨੂੰ ਪਿਆਰ ਕਰਦੇ ਨੇ ਬਿਲਕੁਲ ਮੈਂ ਸਿੱਧੂ ਨੂੰ ਐਜ਼ ਅ ਸਿੰਗਰ ਨਹੀਂ ਦੇਖਦਾ ਸੀ ਮੈਂ ਉਹਨੂੰ ਐਜ਼ ਪੰਜਾਬ ਦਾ ਪੰਜਾਬ ਤੇ ਜਿੱਥੇ ਗਲਤ ਹੋ ਰਿਹਾ ਉਹਨੂੰ ਰਿਪਰੈਜ਼ੈਂਟ ਕਰਦਾ ਸੀ ਉਹ ਉਹਦੇ ਵੱਜੋਂ ਮੈਨੂੰ ਦੇਖਦਾ ਸੀ ਤਾਂ ਉਹਨੂੰ ਮੈਂ ਪਿਆਰ ਕਰਦਾ ਸੀ ਜਿੱਦਾਂ ਅਸੀਂ ਦੇਖਦੇ ਆ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਉਹਨਾਂ ਦੇ ਮਰਨ ਤੋਂ ਬਾਅਦ ਗੱਲਾਂ ਨਿਕਲੀਆਂ ਸੀ ਬਾਹਰ ਲੋਕੀ ਕਹਿੰਦੇ ਸੀ ਕਿ ਆਪਣੇ ਪੁੱਤਾਂ ਨੂੰ ਵੱਧ ਤਰੱਕੀ ਨਾ ਦਿਓ ਇੰਨੀ ਤਰੱਕੀ ਰੱਬਾ ਪਰ ਸਾਡੇ ਮੁੰਡਿਆਂ ਨੂੰ ਨਾ ਦੇਈਂ ਕਿ ਕੱਲ ਨੂੰ ਕਤਲ ਹੀ ਹੋ ਜਾਵੇ ਕਿ ਕੱਲ ਨੂੰ ਕੋਈ ਮਾਰ ਹੀ ਦੇਵੇ ਤੇ ਜੇ ਲੋਕ ਅਸੀਂ ਤਰੱਕੀ ਕਰ ਰਹੇ ਆ ਤੁਸੀਂ ਤਰੱਕੀ ਕਰ ਰਹੇ ਹੋ ਕੋਈ ਵੀ ਤਰੱਕੀ ਕਰ ਰਿਹਾ ਹੈ ਤੇ ਲੋਕਾਂ ਦੇ ਵਿੱਚ ਇੰਨੀ ਜੈਲਸੀ ਕਿਉਂ ਹੈ ਕਿ ਲੋਕ ਮਾਰਨ ਨੂੰ ਫਿਰ ਜਾਂਦੇ ਇਹ ਤਾਂ ਜੀ ਦੇਖੋ ਪਰਵਰਿਸ਼ ਹੈ ਇਹਨਾਂ ਦੀ ਮਾਨਸਿਕਤਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਾਂ ਅਮਰੀਕਾ ਤੇ ਚਾਈਨਾ ਦੇ ਵਿੱਚ ਨਾ ਸੋਸ਼ਲ ਮੀਡੀਆ ਜਿਹੜਾ ਫੇਸਬੁੱਕ ਇੰਸਟਾਗ੍ਰam ਹੈ ਉਹ ਲੋਕਾਂ ਦੇ ਸਰਚ ਦੇ ਹਿਸਾਬ ਨਾਲ ਐਲਗੋਰਿਦਮ ਸੈੱਟ ਨਹੀਂ ਹੈਗਾ ਗੱਲ ਫਾਲੋ ਕਰੋ ਜਾ ਅਜਾ ਇੰਡੀਆ ਦੇ ਬੀਨ ਇੰਸਟਾਗ੍ਰਾਮ ਚਲਾਣੇ ਆ ਰੀਲਸ ਉੱਪਰ ਉੱਪਰ ਕਰਦੇ ਆ ਅਸੀਂ ਜਿੱਦਾਂ ਦਾ ਕੰਟੈਂਟ ਦੇਖਣਾ ਚਾਹੁੰਦੇ ਆ ਜਾਂ ਲਾਈਕ ਕਰਦੇ ਆ ਉਦੋਂ ਉਦੋਂ ਦਾ ਸਾਡੇ ਮੋਰੇ ਆਣਾ ਸ਼ੁਰੂ ਹੋ ਜਾਂਦਾ ਤੁਸੀਂ ਗਾਲਾਂ ਵਾਲੀ ਵੀਡੀਓ ਪਸੰਦ ਕਰਦੇ ਹੋ ਤੁਹਾਡੀ ਰੀਲਸ ਗਾਲਾਂ ਵਾਲੀਆਂ ਸ਼ੁਰੂ ਹੋ ਜਣਗੀਆਂ ਤੁਸੀਂ ਗੰਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਲਾਈਕ ਕਰ ਦਿਓ ਤੁਹਾਡੇ ਉਹੀ ਕੰਟੈਂਟ ਆ ਜਾਏਗਾ ਪਰ ਚਾਈਨਾ ਤੇ ਅਮਰੀਕਾ ਦੇ ਵਿੱਚ ਐਦਾਂ ਨਹੀਂ ਹੁੰਦਾ ਉੱਥੇ ਯੂਥ ਨੂੰ ਉਹ ਕੰਟੈਂਟ ਅੱਗੇ ਦਿਖਾਇਆ ਜਾਂਦਾ ਜਿਹੜਾ ਉਹਨਾਂ ਨੂੰ ਇਨਸਪਾਇਰ ਕਰਦਾ ਜਿਹੜਾ ਉਹਨਾਂ ਨੂੰ ਮੋਟੀਵੇਟ ਕਰਦਾ ਆਪਣੀ ਆਰਮੀ ਦਾ ਕੰਟੈਂਟ ਆਪਣੇ ਦੇਸ਼ ਦਾ ਕੰਟੈਂਟ ਆਪਣੇ ਧਿਆੜੀ ਦੇ ਵਿੱਚ ਲੋਕ ਰੀਲਾਂ ਤੇ 2-2 ਘੰਟੇ 3-3 ਘੰਟੇ ਖਰਾਬ ਕਰ ਦਣਗੇ ਪਰ 15 ਮਿੰਟ ਆਪਣੇ ਹੱਥੀ ਜਾ ਕੇ ਕਿਸੇ ਲੋੜਵੰਦ ਜਾਂ ਗਰੀਬ ਦੀ ਮਦਦ ਨਹੀਂ ਕਰਨਗੇ ਬਿਲਕੁਲ ਬਚਾਣਾ ਚਾਹੁੰਦੇ ਨੇ ਸੋਸ਼ਲ ਮੀਡੀਆ ਤੇ ਪਰ ਸਿਰਫ ਗੱਲਾਂ ਨਾਲ ਬਚਾਣਾ ਚਾਹੁੰਦੇ ਨੇ ਸਾਡੇ ਕੋਲ ਉਹਨਾਂ ਮਰੀਜ਼ਾਂ ਦੇਖੋ ਕਿੰਨੀ ਲਾਈਨ ਲੱਗੀ ਹੋਈ ਹੈ ਇੱਕ ਇੱਕ ਬੰਦੇ ਦਾ ਦੁੱਖ ਸ਼ੁਰੂ ਕਰ ਲੋ ਮਤਲਬ ਭਰੇ ਪਏ ਨੇ ਬਿਲਕੁਲ ਭਰੇ ਪਏ ਨੇ ਹੁਣ ਲੁਧਿਆਣੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਦਾਨ ਦੇਣ ਵਾਲਿਆਂ ਦੀ ਕਮੀ ਹੈ ਯਾ ਚੰਗੇ ਲੋਕਾਂ ਦੀ ਕਮੀ ਐ ਫਿਰ ਇਹਨਾਂ ਦੀ ਮਦਦ ਲਈ ਇੰਨੀ ਵੱਡੀ ਪੱਦਰ ਤੇ ਕਿਉਂ ਨਹੀਂ ਆਪਾਂ ਦੇ ਜਿੰਨੀ ਵੱਡੀ ਕੁਆਂਟੀਟੀ ਦੇ ਵਿੱਚ ਪੇਸ਼ੈਂਟ ਆਉਂਦੇ ਨੇ ਕਮੀ ਕਿੱਥੇ ਐ ਕਮੀ ਐ ਕਿ ਕਰਨ ਦੇ ਵਿੱਚ ਤੇ ਗੱਲਾਂ ਕਰਨ ਦੇ ਵਿੱਚ ਬਹੁਤ ਫਰਕ ਐ ਤਾਂ ਆਪਾਂ ਨੂੰ ਗੱਲਾਂ ਘੱਟ ਤੇ ਆਪਣਾ ਕਰਮ ਕਰਨਾ ਚਾਹੀਦਾ ਸੋਸ਼ਲ ਮੀਡੀਆ ਤੇ ਸਾਰੀ ਦਿਹਾੜੀ ਖਰਾਬ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਇੰਡੀਆ ਜੀ ਬਰਬਾਦ ਹੋ ਗਿਆ ਪੰਜਾਬ 'ਚ ਤਾਂ ਕੰਮ ਐ ਨਹੀਂ ਯਾਰ ਯੂਪੀ ਤੋਂ ਬਿਹਾਰ ਤੋਂ ਲੋਕ ਆ ਕੇ ਪੰਜਾਬ 'ਚ ਕੰਮ ਕਰ ਰਹੇ ਨੇ ਸਾਡੇ ਪੰਜਾਬ 'ਚ ਇਹੀ ਕਹੀ ਜਾਂਦੇ ਨੇ ਜੀ ਅਸੀਂ ਤਾਂ ਬੇਲੇ ਆ ਅਸੀਂ ਤਾਂ ਕੈਨੇਡਾ ਚੱਲੇ ਆ ਅਸੀਂ ਤਾਂ ਅਮਰੀਕਾ ਚੱਲੇ ਆ ਸਾਡੀ ਤਮਾਵੇ ਨਹੀਂ ਪੂਰੀਆਂ ਹੋ ਰਹੀ ਮਿਹਨਤ ਕਰਨ ਤੋਂ ਅਸੀਂ ਡਰਦੇ ਆ ਤੁਸੀਂ ਗੱਲ ਕੀਤੀ ਕਿ ਲੋਕ ਇੱਥੋਂ ਬਾਹਰ ਜਾਂਦੇ ਨੇ ਕੈਨੇਡਾ ਚੱਲੇ ਆ ਤਾਂ ਉਹ ਸ਼ਖਸੀਅਤ ਜਿਹੜੀ ਬਾਹਰ ਦੇ ਮੁਲਕ 'ਚ ਆ ਕੇ ਇੱਥੇ ਆਏ ਵਾਪਸ ਆ ਕੇ ਪਿੰਡ ਰਹੇ ਆਪਣੇ ਕੈਂਚੀ ਚੱਪਲਾਂ 'ਚ ਘੁੰਮਦੇ ਰਹੇ ਤੇ ਉਹ ਲੋਕ ਇੱਕ ਆ ਕੇ ਆਪਣੇ ਲੋਕਾਂ ਦਾ ਜ਼ਰੀਆ ਸੈੱਟ ਕਰ ਰਹੇ ਸੀਗੇ ਕਿ ਆਪਣੇ ਇੱਕ ਆਪਣੇ ਜ਼ਮੀਨ ਨਾਲ ਜੁੜੋ ਵਾਲਤੂ ਉਹ ਨਾਲ ਜੁੜੋ ਆਪਣੇ ਮਾਵਾਪਾ ਨਾਲ ਰੋ ਆਪਣੇ ਜ਼ਮੀਨ ਨਾਲ ਜੁੜੋ ਆਪਣੇ ਲੋਕਾਂ ਨਾਲ ਜੁੜੋ ਤੇ ਉਹ ਲੋਕ ਜਿਹੜੇ ਉਹਨਾਂ ਦੇ ਸਟਾਰ ਉਹਨਾਂ ਦੇ ਉਹਨਾਂ ਦੇ ਫੈਨਸ ਨਹੀਂ ਉਹਨਾਂ ਲਈ ਉਹ ਸਟਾਰ ਸੀਗੇ ਤਾਂ ਉਹਨਾਂ ਨੇ ਟੈਟੂ ਵੀ ਬਣਵਾਏ ਪਿੱਛੇ ਕੁ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਟੈਟੂਜ਼ ਵੀ ਬਣਵਾਏ ਪਰ ਉਸ ਟੈਟੂਜ਼ ਦਾ ਕੀ ਇਫੈਕਟ ਪਏਗਾ ਮੈਂ ਕਹਿੰਦਾ ਬੰਦੇ ਨੂੰ ਮੈਂ ਫਿਰ ਤੁਹਾਨੂੰ ਉਹੀ ਗੱਲ ਕਹਿ ਰਿਹਾ ਜੇ ਸਿੱਧੂ ਬੋਲਦਾ ਉਹਨਾਂ ਨਾਲ ਤਾਂ ਉੱਪਰੋਂ ਆਵਾਜ਼ ਮਾਰ ਕੇ ਇੱਕ ਜਰੂਰ ਗੱਲ ਕਹਿੰਦਾ ਕਿ ਮੇਰੇ ਟੈਟੂ ਨਾ ਬਣਵਾਓ ਬਿਲਕੁਲ ਮੇਰੇ ਸਟੈਚੂ ਨਾ ਬਣਾਓ ਮੈਨੂੰ ਮਿਲਣ ਮੇਰੀ ਕੋਠੀ ਨਾ ਜਾਓ ਠੀਕ ਹੈ ਉਹਦੇ ਪਰਿਵਾਰ ਨਾਲ ਦੁੱਖ ਵੰਡਣ ਜਾਓ ਪਰ ਉਹ ਹੁਣ ਸਟੈਚੂ ਨੂੰ ਜਾ ਕੇ ਮੱਥਾ ਟੇਕਣ ਚ ਕੀ ਬਿਲੀਵ ਕਰ ਰਿਹਾ ਉਹਦੀ ਸੋਚ ਨੂੰ ਤਾਂ ਫੋਲੋ ਕਰੋ ਉਹਦੀ ਸੋਚ ਕੀ ਸੀ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਉਹ ਲੋਕਾਂ ਦਾ ਭੱਲਾ ਕਰਨਾ ਚਾਹੁੰਦਾ ਸੀ ਉਹਦੇ ਮਾਪੇ ਬਪ ਨੂੰ ਵੀ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਉਹਦੀ ਸੋਚ ਨੂੰ ਜਿੰਦਾ ਰੱਖੋ ਸਿੱਧੂ ਵਾਪਸ ਨਹੀਂ ਆਣਾ ਇਹ ਉਹਨਾਂ ਨੂੰ ਵੀ ਪਤਾ ਪਰ ਸਿੱਧੂ ਦੀ ਜੋ ਸੋਚ ਸੀ ਆਪਣੇ ਇਲਾਕੇ ਨੂੰ ਲੈ ਕੇ ਹੁਣ ਸਿੱਧੂ ਦੇ ਇਲਾਕੇ ਦੇ ਵਿੱਚ ਮਿਲਜੋ ਲੱਗਦਾ ਜੇ ਸਿੱਧੂ ਹੋਰ 5-7 ਸਾਲ ਕੱਟ ਜਾਂਦਾ ਤਾਂ ਪੂਰੇ ਪੰਜਾਬ ਦਾ ਸਭ ਤੋਂ ਵਧੀਆ ਹਸਪਤਲ ਉਹਦੇ ਪਿੰਡ 'ਚ ਹੋਣਾ ਸੀ ਉਹਨੇ ਆਪਣੇ ਪੈਸਿਆਂ ਨਾਲ ਹੀ ਬਣਾ ਦੇਣਾ ਸੀ ਇੰਨਾ ਰੁਪਈਆ ਸੀ ਉਹਦੇ ਕੋਲ ਇੱਕ ਇੱਕ ਸ਼ੋਅ ਦਾ 70-70 ਲੱਖ ਰੁਪਏ ਕਰੋੜ-ਕਰੋੜ ਰੁਪਏ ਲੈਂਦਾ ਸੀ ਉਹ ਕੀ ਕਰਨਾ ਸੀ ਐਟ ਲਾਸਟ ਉਹਨੇ ਲੋਕਾਂ ਦੀ ਸੇਵਾ 'ਚ ਹੀ ਲਾਣਾ ਸੀ ਹਨਾ ਪਰ ਚਲੋ ਲੋਕਾਂ ਨੂੰ ਸਮਝ ਬੰਦੇ ਦੇ ਜਾਣ ਤੋਂ ਬਾਅਦ ਹੀ ਆਂਦੀ ਹੈ ਪਰ ਚਲੋ ਜੇ ਹੁਣ ਵੀ ਮੈਂ ਕਹਿੰਨਾ ਲੋਕਾਂ ਨੂੰ ਸਮਝ ਆ ਗਈ ਤਾਂ ਉਹਦੀ ਸੋਚ ਨੂੰ ਜ਼ਿੰਦਾ ਰੱਖਣ ਲਈ ਅੱਛੇ ਕੰਮ ਕਰੋ ਜਿੱਦਾਂ ਹੁਣ ਇੱਥੇ ਸਾਡੇ ਕੋਲ ਮਰੀਜ਼ ਮਾਰ ਰਹੇ ਨੇ ਫਿਰ ਉਹੀ ਗੱਲ ਘੁੰਮਕਮਾ ਕੇ ਮੈਂ ਇੰਨਾ ਤੇ ਲਿਆਂ ਨਾ ਮੇਰੇ ਅੰਦਰ 24 ਘੰਟੇ ਚੱਲਦੇ ਨੇ ਦਿਮਾਗ 'ਚ ਕਿਉਂਕਿ ਜਦੋਂ ਇੱਕ ਉਮੀਦ ਨਾਲ ਇੱਥੇ ਆਂਦੇ ਨੇ ਕਿ ਹਾਏ ਸਾਡਾ ਦੁੱਖ ਸੁਣਿਆ ਜਾਏਗਾ ਸਾਡਾ ਹੱਲ ਕੀਤਾ ਜਾਏਗਾ ਮੈਂ ਕੋਈ ਬਾਬਾ ਦਾ ਹੈ ਨਹੀਂ ਕਿ ਚਮਤਕਾਰ ਨਾਲ ਇਹਦੀ ਬਿਮਾਰੀ ਠੀਕ ਕਰਦਾ ਜਿਹੜੀ ਹੁੰਦੀ ਵੀ ਨਹੀਂ ਹੱਲ ਹੋਣਾ ਦਵਾਈਆਂ ਲੈ ਕੇ ਦੇ ਕੇ ਫਿਰ ਦਵਾਈਆਂ ਲਈ ਪੈਸੇ ਕਿੱਥੋਂ ਆਣੇ ਨੇ ਮੈਂ ਇੰਨਾ ਅਮੀਰ ਤਾਂ ਹੈ ਨਹੀਂ ਕਿ ਮੈਂ ਰੋਜ਼ 50 ਲੱਖ ਰੁਪਏ ਵੰਡਦਾ ਤਾਂ ਸੋਸ਼ਲ ਮੀਡੀਆ ਦੀ ਅਸੀਂ ਹੈਲਪ ਲੈਣੇ ਆ ਕਿ ਖੁੱਲੇ ਸਾਮਾਨ 'ਚ ਰੋਜ਼ ਬੈੰਨੇ ਆ ਰੋਡ ਤੇ ਅਸੀਂ ਖੜੇ ਆ ਤੇ ਆਕੇ ਇਹਨਾਂ ਦੀ ਹੈਲਪ ਕਰੋ ਤੇ ਆਪਣੇ ਇਨਸਾਨ ਹੋਣ ਦਾ ਸਬੂਤ ਦਿਓ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਲੋਕਾਂ ਨੂੰ ਕਿ ਜੋ ਕਿ ਲੋਕ ਜਿਹੜੇ ਪਟਕ ਰਹੇ ਨੇ ਇੱਕ ਸਹੀ ਰਾਹ ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਕਿ ਟਾਈਮ ਬਹੁਤ ਘੱਟ ਆ ਆਪਣੇ ਕੋਲ ਸਾਰਿਆਂ ਕੋਲ ਜਿੰਨਾ ਵੀ ਸਮਾਂ ਪ੍ਰਮਾਤਮਾ ਨੇ ਦਿੱਤਾ ਜਦੋਂ ਤਾਂ ਮਾੜਾ ਟਾਈਮ ਚੱਲ ਰਿਹਾ ਮਿਹਨਤ ਕਰੂ ਜਦੋਂ ਚੰਗਾ ਚੱਲ ਰਿਹਾ ਤਾਂ ਕਿਸੇ ਹੋਰ ਦੀ ਮਦਦ ਕਰੋ ਹੈਨਾ ਆਪਾਂ ਅੱਜ ਸਾਰੇ ਸੰਘਰਸ਼ ਚ ਆਪਾਂ ਤੁਸੀਂ ਵੀ ਬੜੀ ਵਾਰੀ ਇਹ ਗੱਲ ਸੁਣੀ ਹੋਣੀ ਕਿ ਦੁਨੀਆ ਮਤਲਬ ਦੀ ਐ ਕੋਈ ਕਿਸੇ ਦੇ ਮਾੜੇ ਟਾਈਮ ਚ ਨਹੀਂ ਖੜਦਾ ਚੰਗੇ ਟਾਈਮ ਦੇ ਯਾਰ ਸਾਰੇ ਮਾੜੇ ਦਾ ਕੋਈ ਨਹੀਂ ਸੁਣਿਆ ਨਾ ਪਰ ਆਪਾਂ ਕਿੰਨੇ ਦੇ ਮਾੜੇ ਚ ਖੜੇ ਆ ਸਹੀ ਸਾਰੀ ਦੁਨੀਆ ਮੈਂ ਕਹਿੰਦਾ ਗਲਤ ਐ ਤੁਸੀਂ ਇਕੱਲੇ ਸਹੀ ਹੋ ਆਪਣੇ ਇਕੱਲੇ ਸਹੀ ਹੋਣ ਦਾ ਸਬੂਤਤ ਦਿਓ ਸਾਰੀ ਦੁਨੀਆ ਦੇ ਵਿੱਚ ਵੀ ਤੁਸੀਂ ਆਂਨੇ ਹੋ ਕਿਉਂਕਿ ਅੱਜ ਜੇ ਕੋਈ ਬੱਚਾ ਮਰ ਰਿਹਾ ਹੈ ਹੁਣ ਸਾਡੇ ਕੋਲ ਕਿੰਨੇ ਬੱਚੇ ਇਥੇ ਐਡਮਿਟ ਹੁੰਦੇ ਨੇ ਛੋਟੇ ਛੋਟੇ ਬੱਚੇ 8-8 ਸਾਲ ਦੇ ਡਲਸਿਸ ਹੁੰਦੇ ਨੇ ਕਿਡਨੀਆਂ ਡੈਮੇਜ ਨੇ ਯਾਰ ਉਹਨਾਂ ਨੂੰ ਪੈਸਿਆਂ ਦੀ ਲੋੜ ਹੈ ਸਰਕਾਰ ਨੂੰ ਮੈਂ ਰੋਜ਼ ਲਾਂਤਾ ਪਾਣਾ ਵੀਡੀਓ ਦੇ ਵਿੱਚ ਉਹਦਾ ਕਿੰਨਾ ਕੁ ਸੁਧਾਰ ਹੋ ਰਿਹਾ ਤੁਸੀਂ ਮਾਈਕ ਲੈ ਕੇ ਆਪ ਜਾ ਕੇ ਹਸਪਤਾਲਾਂ 'ਚ ਦੇਖ ਲਓ ਪ੍ਰਾਈਵੇਟ ਹਸਪਤਲ 'ਚ ਬੰਦਾ ਫੋੜ ਨਹੀਂ ਕਰ ਪੰਦਾ ਇਲਾਜ ਫਿਰ ਮੇਰੇ ਵਰਗਾ ਬੰਦਾ ਸੋਸ਼ਲ ਮੀਡੀਆ ਤੇ ਬੋਲੇ ਨਾ ਤਾਂ ਫਿਰ ਕਰੇ ਕੀ ਮੈਨੂੰ ਵੀ ਤਾਂ ਸੋਲੂਸ਼ਨ ਦੱਸੋ ਨਾ ਕਿ ਯਾਰ ਤੂੰ ਇਧਿਆਤਰ ਮੈਂ ਵੀ ਅੱਖਾਂ ਬੰਦ ਕਰ ਲਾਂ ਜਿਵੇਂ ਦੁਨੀਆਂ ਨੇ ਕੀਤੀਆਂ ਹੋਈਆਂ ਪਰ ਲੋਕਾਂ ਨੂੰ ਗਾਲਾਂ ਕੱਢਣ ਤੋਂ ਵੇਲ ਹੈ ਨਹੀਂ ਇਹਦੇ ਕੱਪੜੇ ਦੇਖ ਲੋ ਇਹ ਫੁਕਰਾ ਇਹ ਵਾਲਾ ਯਾਰ 8 ਸਾਲ ਹੋ ਗਏ ਬੱਸ ਕਰੋ ਚਿੱਟੇ ਬਾਹ ਲਾ ਗਏ ਮੇਰੇ ਕਾਲਿਆਂ ਤੇ ਸ਼ੁਰੂ ਹੋਇਆ ਸੀ ਮੈਂ ਹਜੇ ਵੀ ਸ਼ਰਮ ਹੈ ਨਹੀਂ ਹਜੇ ਵੀ ਉਹਨਾਂ ਨੂੰ ਇਹੀ ਲੱਗ ਰਿਹਾ ਕਿ ਕੋਈ ਨਾ ਕੋਈ ਤਾਂ ਫਾਇਦਾ ਹੈ ਇਹ ਬੰਦਾ ਫੇਮ ਦਾ ਭੁੱਖਾ ਹੈ ਯਾਰ ਇੰਨਾ ਵੀ ਮੈਨੂੰ ਦਿਖਾਉਉਗੀ ਕਿਹੜਾ ਬੰਦਾ ਫੇਮ ਦਾ ਭੁੱਖਾ ਹੈ ਜਿਹੜਾ 8 ਸਾਲ ਕੱਟ ਗਿਆ ਬੰਦਾ ਫੇਮ ਦਾ ਭੁੱਖਾ ਉਹਨਾਂ ਨੂੰ ਹਫ਼ਤਾਕ ਚਾਹ ਚੜਦਾ ਕਿ ਚੱਲ ਯਾਰ ਮੈਂ ਵੀ ਵੀਡੀਓ ਪ ਹਣਾ 2 ਮਹੀਨੇ ਲਾ ਲੂਗਾ ਤੁਸੀਂ ਮੈਨੂੰ ਦੱਸੋ ਆਪਣੀ ਜ਼ਿੰਦਗੀ ਚ ਕਿੰਨੇ ਇੰਨਾ ਸਟਰਗਲ ਕੀਤਾ ਹੋਵੇ ਫੇਮ ਲੈਣ ਲਈ ਫੇਮ ਕੀ ਹੈ ਅੱਜ ਮੈਂ ਤੁਹਾਨੂੰ ਮਸ਼ਹੂਰ ਕਰਦਾ ਚਲੋ ਜੀ ਤੁਹਾਨੂੰ ਦੁਨੀਆ ਸਲਾਮ ਕਰ ਰਹੀ ਹੈ ਫੋਟੋ ਮੈਂ ਕਚਾਰੀ ਮਸ਼ਹੂਰ ਹੋਗੇ ਤੁਸੀਂ ਪਰ ਤੁਹਾਡਾ ਕਰਕੇ ਤਾਂ ਨਾ ਚੱਲਣਾ ਮਸ਼ਹੂਰੀ ਨਾਲ ਨਹੀਂ ਚੱਲਣਾ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਕਾਰੋਬਾਰ ਕਰਨਾ ਪੈਣਾ ਪਰ ਇਹ ਦੇਖਦੇ ਨਹੀਂ ਕਿ ਆ ਟੀਮ ਉਹ ਦੇਖੋ ਉਹ ਟੀਮ ਉੱਥੇ ਬੈਠੀ ਹੈ ਉਹ ਤਿੰਨੋਂ ਕਾਰੋਬਾਰੀ ਨੇ ਮੈਂ ਤਾਂ ਚਲੋ ਮਸ਼ਹੂਰ ਹੋ ਰਿਹਾ ਉਹ ਤਿੰਨੋਂ ਕੀ ਹੋ ਰਹੇ ਨੇ ਉਹ ਜਿਹੜੇ ਤਿੰਨੋਂ ਉੱਥੇ ਬੈਠੇ ਨੇ ਫੈਕਟਰੀਆਂ ਵਾਲੇ ਨੇ ਮੈਨੂੰ ਤਾਂ ਮਸ਼ਹੂਰੀ ਮਿਲ ਰਹੀ ਹੈ ਉਹਨਾਂ ਨੂੰ ਕੀ ਮਿਲ ਰਿਹਾ ਉਹ ਮੇਰੇ ਨਾਲ ਲੱਗੇ ਹੋਏ ਨੇ 8-8 ਸਾਲਾਂ ਤੋਂ ਉਹਨਾਂ ਨੂੰ ਤਾਂ ਮਸ਼ਹੂਰੀ ਵੀ ਨਹੀਂ ਮਿਲ ਰਹੀ ਉਹ ਕੀ ਇਹ جنੂਨ ਹੈ ਮੇਰੇ ਵਰਗਾ ਬੰਦਾ ਕੈਮਰੇ ਤੇ ਆ ਤਾਂ ਗਾਲਾਂ ਸੁਣ ਲੈਂਦਾ ਉਹ ਆਫ ਕੈਮਰਾ ਨੇ ਮੈਂ ਕੁੱਲ ਮਿਲਾ ਕੇ ਦੁਨੀਆਦਾਰੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਪਸੰਦ ਨਹੀਂ ਕਰਨਾ ਤੁਸੀਂ ਮੈਨੂੰ ਲਾਈਕ ਨਹੀਂ ਕਰਨਾ ਪਰ ਆ ਜਿਹੜੇ ਮਰੀਜ਼ਾਂ ਨੂੰ ਰਿਪਰੈਜ਼ੈਂਟ ਕਰਦਾ ਮੈਂ ਰੋਜ਼ ਇਹਨਾਂ ਦੇ ਦੁੱਖ ਰਿਪਰੈਜ਼ੈਂਟ ਕਰਦਾ ਇਹਨਾਂ ਦੀ ਆ ਕੇ ਮਦਦ ਕਰੋ ਛੋਟੇ ਛੋਟੇ ਬੱਚੇ ਆ ਦੇਖੋ ਯਾਰ ਤੁਸੀਂ ਮਤਲਬ ਪੈਰ ਹੁਣ ਆ ਛੋਟੀ ਛੋਟੀ ਬੱਚੀਆਂ ਨੇ ਸਾਡੇ ਕੋਲ ਜਿਹੜੀਆਂ ਇੱਕ ਟਾਈਮ ਤੇ ਹੁਣ ਆ ਬੱਚੀ ਦੀ ਵੀਡੀਓ ਸੀ ਮੈਂ ਦਿਖਾਈ ਸੀ ਸੁਨਕਸ਼ੀ ਇਹ ਇੱਕ ਰਾਤ ਪਹਿਲਾਂ ਦੀ ਵੀਡੀਓ ਆ ਆ ਸੁਨਕਸ਼ੀ ਦੀ ਇੱਕ ਰਾਤ ਪਹਿਲਾਂ ਦੀ ਵੀਡੀਓ ਆ ਅੱਜ ਇਹਦੇ ਹਾਲਾਤ ਕੀ ਨੇ ਮੈਂ ਤੁਹਾਨੂੰ ਦਿਖਾਣਾ ਜ਼ਿੰਦਗੀ ਮੌਤ ਦੀ ਲੜਾਈ ਆ ਅੱਜ ਇਹਦੇ ਹਾਲਾਤ ਨੇ ਹੁਣ ਇਹਦੇ ਪਿਓ ਕੋ ਪੈਸੇ ਐ ਨਹੀਂ ਕੀ ਇਹਨੂੰ ਮਰਨ ਦੀ ਐ ਫਿਰ ਜਿਹੜੀ ਆ ਬੱਚੀ ਦੁਨੀਆ ਤੋਂ ਚਲੀ ਜਾਏਗੀ ਜਿਹੜੀਆਂ ਇਹਦੀਆਂ ਬਾਦਵਾਵਾਂ ਹੋਣੀਆਂ ਕਿ ਉਹਨੂੰ ਲੱਗਣੀਆਂ ਪੂਰੀ ਇਨਸਾਨੀਅਤ ਜਾਤ ਨੂੰ ਬਿਲਕੁਲ ਕਿਉਂਕਿ ਅਸੀਂ ਚਾਹਦੇ ਹੋਏ ਵੀ 100-100 ਰੁਪਏ ਪਾ ਕੇ ਇਹਨਾਂ ਬੱਚੇ ਦੀ ਮਦਦ ਨਹੀਂ ਕਰ ਸਕੇ ਆ ਦੇਖੋ ਇਹ ਵੀ ਐਡਮਿਟ ਆ ਹਰ ਸਿਮਰਨ ਹਸਪੀਟਲ ਜਿਹੜੀ ਇਹਨਾਂ ਦੇ ਮਦਰ ਨੇ ਉਹ ਸਫਾਈ ਕਰਮ ਸਫਾਈ ਕਰਮਚਾਰੀ ਇਹਨਾਂ ਲੋਕਾਂ ਦੇ ਘਰਾਂ ਚ ਕੰਮ ਕਰਦੇ ਨੇ ਇਲਾਜ ਜੋਗੇ ਪੈਸੇ ਨਹੀਂ 8 ਸਾਲ ਤੋਂ ਇਹਨਾਂ ਦੀ ਇੱਕ ਬੱਚੀ ਪਹਿਲਾਂ ਹੀ ਹੈਂਡੀਕੈਪਡ ਹੈ ਪਹਿਲਾਂ ਹੀ ਮੈਂਟਲੀ ਅਫਸਰਟ ਹੈ ਬੈਡ ਰਿਡਨ ਹੈ ਹੁਣ ਇਹਨਾਂ ਦੀ ਹੈਲਪ ਕਰਨ ਦਾ ਲੋਕਾਂ ਨੂੰ ਆਉਣਾ ਚਾਹੀਦਾ ਨਾ ਡਾਇਰੈਕਟ ਕਰ ਦੇ ਨਾ ਮੈਨੂੰ ਨਾ ਦੇ ਨਾ ਮੈਂ 8 ਸਾਲਾਂ ਚ ਮੰਗੇ ਆ ਤੇ ਕੋ ਸਭ ਤੋਂ ਉੱਪਰ ਲਾਈਨ ਕਿਹੜੀ ਲਿਖੀ ਹੋਈ ਆ ਵੀ ਡੂ ਨੋਟ ਅਸੈਪਟ ਮਨੀ ਔਰ ਥਿੰਗਸ ਹੈ ਨਾ ਤਾਂ ਲਿਖ ਕੇ ਬੰਦੇ ਨੇ ਬੋਰਡ ਤੇ ਲਾਇਆ ਹੋਇਆ ਕਿ ਲਓ ਸਾਡੀ ਐਨਜੀਓ ਦਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈ ਦਾਨੀਆਂ ਵੱਲੋਂ ਸੇਵਾ ਸਿੱਧੀ ਲੋੜਵੰਦਾਂ ਦੇ ਮਰੀਜ਼ਾਂ ਦਿੱਤੀ ਜਾਵੇ ਜਿਨ੍ਹਾਂ ਨੇ 8 ਸਾਲ ਤੋਂ ਲਾਈਨ ਲੇਕ ਕੇ ਲਾਈ ਹੋਵੇ ਉਹ ਕੀ ਕਰੂਗਾ ਹੋਰ ਕੀ ਕਰੇ ਬਿਲਕੁਲ ਤਾਂ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਮੀਡੀਆ ਚੈਨਲ ਦਾ ਕਿ ਤੁਸੀਂ ਇੰਨਾ ਆ ਕੇ ਇੰਨਾ ਮਰੀਜ਼ਾਂ ਦੀ ਆਵਾਜ਼ ਸੋਸ਼ਲ ਮੀਡੀਆ ਤੱਕ ਚੱਕਦੇ ਹੋ ਔਰ ਲੋਕਾਂ ਨੂੰ ਵੀ ਬੇਨਤੀ ਹੈ ਕਿ ਇਦਾਂ ਦੀ ਵੀਡੀਓਜ਼ ਸ਼ੇਅਰ ਕਰਿਆ ਕਰੋ ਇਹ ਵੀ ਇੱਕ ਪੁੰਨ ਦਾ ਕੰਮ ਹੈ ਜਦੋਂ ਤੁਸੀਂ ਇੱਕ ਘਰ ਜੋੜਨ ਵਾਲਾ ਜਾਂ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਇੱਕ ਜ਼ਰੀਆ ਬਣਦੇ ਹੋ ਨਾ ਪੁੱਲ ਬਣਦੇ ਹੋ ਤਾਂ ਪ੍ਰਮਾਤਮਾ ਉਹ ਵੀ ਕਰਮ ਲਿਖਦਾ ਹੈ ਕਿ ਇਹ ਬੰਦੇ ਨੇ ਆਹ ਵੀਡੀਓ ਨੂੰ ਸ਼ ਉਹ ਦਾਨੀ ਸੱਜਣ ਤੱਕ ਵੀਡੀਓ ਪਹੁੰਚਾਈ ਸੀ ਜਿਹਦੇ ਨਾਲ ਉਹ ਦਾਨੀ ਸੱਜਣ ਉਹ ਮਰੀਜ਼ ਨੂੰ ਪੈਸੇ ਦੇ ਗਿਆ ਤੇ ਤੁਹਾਡਾ ਰੋਲ ਕਿੰਨਾ ਵੱਡਾ ਹੋ ਗਿਆ ਬਿਲਕੁਲ ਤਾਂ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਮੈਂ ਕਿੱਥੇ ਇਹਨਾਂ ਦੇ ਦੁੱਖ ਰੋਂਦਾ ਹੁਣ ਆ ਦੇਖੋ ਆ ਡੋਨਰਾਂ ਦੀ ਲਾਈਨ ਲੱਗੀ ਪਈ ਆ ਦਿਖਾਓ ਬਈ ਹੁਣ ਆ ਸਾਰੇ ਡੋਨਰ ਇੱਥੇ ਸੇਵਾ ਕਰਨ ਆਏ ਹੋਏ ਨੇ ਹੁਣ ਇੱਥੇ ਬੈਠੇ ਸਾਰਾ ਮਰੀਜ਼ਾਂ ਨੂੰ ਦੇਖ ਰਹੇ ਨੇ ਹੁਣ ਜਦੋਂ ਕੋਈ ਬੰਦਾ ਦਾਨ ਦੇਣ ਆਂਦਾ ਉਹ ਇਨੀ ਨਜ਼ਦੀਕੀ ਪੇਸ਼ੈਂਟਾਂ ਡੋਨਰਾਂ ਨੂੰ ਚੈੱਕ ਕਰ ਰਿਹਾ ਕਿੱਦਾਂ ਮਤਲਬ ਇਹ ਵੀ ਇਨਸਾਨ ਹੀ ਨੇ ਨਾ ਤਾਂ ਮੈਂ ਕਹੂੰਗਾ ਤੁਸੀਂ ਇਹਨਾਂ ਨੂੰ ਵੀ ਪੁੱਛੋ ਕਿ ਕਿਉਂ ਬੈਠੇ ਨੇ ਕਿਵੇਂ ਇਹਨਾਂ ਦਾ ਤਜਰਬਾ ਹੈ ਮਰੀਜ਼ਾਂ ਨੂੰ ਪੁੱਛੋ ਜਿਹੜੇ ਇੱਕ ਉਮੀਦ ਨਾਲ ਹੈਲਪ ਲਾਈਨ ਆਏ ਹੋਏ ਨੇ ਸ਼ਾਇਦ ਲੋਕਾਂ ਨੂੰ ਮੇਰੀਆਂ ਗੱਲਾਂ ਨਹੀਂ ਤੇ ਉਹਨਾਂ ਦੀ ਤਰਸ ਆ ਜਾਵੇ ਤੇ ਇੱਥੇ ਕੱਲ ਨੂੰ ਹੈਲਪ ਕਰਨ ਆਣ ਸ਼ਾਮ ਨੂੰ 7 ਤੋਂ 9 ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦਾਰਾ ਸਾਹਿਬ ਇੱਥੇ ਨਾਲ ਪਾਰਕਿੰਗ 'ਚ ਅਸੀਂ ਮਿਲਦੇ ਹਾਂ ਫੋਨ ਨੰਬਰ ਸਾਡੇ ਤਿੰਨੋਂ ਹੈਗੇ ਨੇ ਉਹ ਵੀ ਜ਼ਰੂਰ ਤੁਸੀਂ ਸਕਰੀਨ ਤੇ ਦੇਖ ਲਿਓ ਤੇ ਜ਼ਰੂਰ ਸਾਡੇ ਨਾਲ ਕੰਟੈਕਟ ਕਰਿਓ ਮੈਂ ਫਿਰ ਤੁਹਾਡਾ ਧੰਨਵਾਦ ਦਿੰਿਆ ਬਹੁਤ ਸੋਹਣੀ ਗੱਲ ਕਹੀ ਕਿ ਜਿੱਦਾਂ ਜੇ ਲੋਕ ਗੱਲਾਂ ਕਰਨਨ ਤੋਂ ਹਟ ਜਾਣ ਤੇ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਕਿੱਥੇ ਨਾ ਕਿੱਥੇ ਸੁਧਾਰ ਹੋ ਸਕਦਾ ਹੈ ਐਦਾਂ ਹੀ ਸਾਡੇ ਨਾਲ ਜੁੜੇ ਰਹੋ ਕੈਮਰਾਮੈਨ ਦੀਪਕ ਖੀਵਾ ਦੇ ਨਾਲ ਮੈਂ ਸੁਜੀਲ ਤਮਨ ਲੁਧਿਆਣਾ ਟਾਈਮ